पौड़ी खड़े कर हो गई दोस्तों उम्मीद है बिल्कुल ठीक ठाक है ऑफिस ना लाऊंगे। दोस्तों मैं थोड़ा अपना भाई मुहम्मद है थोड़े पर चैनल पीर पंजाब तो अज असी खुद लोग लैके आए हैं। अज असी करा रहे हैं जी बोर नवा बोर करा रहे हैं और असी सोलर तो टूल चलाना वा सोलर वास्ते करा रहे हैं क्योंकि डीजल काफ़ी महंगा वास्ते असर नहीं इन्ना अफोर्ड हो रहा। आ देखो मशीन आ गई है इसे कम जारी हो गया वा ये तो एक मुकम्मल वीडियो बना के मैं क्यों अपना ब्लॉग बना के सारे दोस्तों ने शेयर किया जाए। चलो चल रहे अपनी वीडियो की तरफ डेनबो भी लगी हर मुकम्मल सिस्टम है देते। कस्टम करके लेवल से लेके आ रहे हैं उसी ने लेवल लाया आपका आपने लेवल कर लिया मशीन का आपका फर्मा फिट करके फिर लेवल किया आपका इन्होंने। देखो जी मेन चीज़ आ वा फर्मा है जो थले जाना जिन्हें थले सुराख करते जाना वे 8 का वा 10 का आ पिया नाल 12 का पिया वा। हाँ देखो मेन चीज़ ये देखो 12 थले पौड़ी खड़े कर हो गई हो गई खड़ी जी पौड़ी फर्मा ला लिया थले जरा 8 इंची का पानी भी आ गया वा पानी भर लिया हम ट्रैक्टर ला रहे ला के स्टार्ट कर लगे काम शाफड़ शुफड़ लग रही है। लो जी बिस्मिल्ला पढ़ के जे जा रहे थले काम शुरू कर लिया इन्होंने। देखो लेवल वाला पैमाना रखा वा यानी कि फिर वो जो पैर जोड़ा ना ये आला पैर जो लगा उत्ते पाइप के उस पानी जाता इधर थवा रहा निकल रहा पानी जिसे रेत पानी वापस निकलना देखो तो जा रहा वापस सारा देखो जी काम जारी हो गया इन्होंने कर लिया वर्मा जरा सुराख कर लग पाया आया मीटर शीटर कोई नहीं है ना आरपीएम ना रेस का कोई शायद नहीं पता लगता मीटर मूटर नहीं है पुराना मॉडल ही लगता वा हर पास ट्रैक्टर से मोबलैल तो चाहता वा। हाँ देखो पाइप लेके जा रहे तानू क्या सिस्टम है जी बिल्कुल
ਕੋਲ ਜਿਵੇਂ ਆਟੋ ਸਿਸਟਮ ਆ ਉਹ ਹਿਸਾਬ ਆ ਕਹਿੰਦੇ ਫਿਰ ਆਹ ਦੇਖੋ ਬਾਹਰ ਕੱਢਦੇ ਪਏ ਉਹ ਜਾ ਰਿਹਾ ਜਿਹੜਾ ਵਰਮਾ ਸੀਗਾ ਬਾਹਰ ਆ ਰਿਹਾ ਹੁਣ ਪਾਉਣਾ ਇੱਥੇ ਫਿਰ ਹੋਰ ਪੈਪ ਬਾਹਰ ਆ ਗਿਆ ਆਏਗਾ ਇੱਥੇ ਇੱਕ ਰਾੜ ਜਾਂ ਇੱਕ ਹੋਰ ਆ ਕੇ ਪੈਪ ਖੋਲਣਗੇ ਥੱਲੇ ਜਾਵੇ ਨਾ ਅਤੇ ਉਹ ਫਸ ਗਈ ਆ ਰਿਹਾ ਪੈਪ ਹੁਣ ਕੱਸਦੇ ਪਏ ਬਾਕੀ ਮੇਨ ਚੀਜ਼ ਆ ਜੀ ਓਪਰੇਟਰ ਆ ਜੀ ਟੋਟਲ ਮਸ਼ੀਨ ਨੂੰ ਉੱਥੇ ਓਪਰੇਟ ਕਰਦੀ ਆ ਤਿੰਨ ਹੈਂਡਲ ਆ ਜੀ ਜਾਣੀ ਕਿ ਤਿੰਨ ਗੇਅਰ ਆ ਇਹ ਤਿੰਨੇ ਗੇਅਰਾਂ ਤੋਂ ਮੁਕੰਮਲ ਮਸ਼ੀਨ ਇੱਕ ਬੰਦਾ ਓਪਰੇਟ ਕਰਦਾ ਇੱਥੇ ਖੜ੍ਹਾ ਹੋ ਕੇ ਲਾਲਾ ਤੁਹਾਨੂੰ ਕਿੰਨਾ ਅਰਸਾ ਠੀਕ ਹੈ ਬੋਰ ਕਰਦੇ ਹੋਏ ਛੱਬੀ ਸਤਾਈ ਸਾਲ ਸ਼ੁਰੂ ਤੋਂ ਮਸ਼ੀਨ ਤੇ ਆਏ ਪਹਿਲੇ ਹੱਥਾਂ ਵਾਲੇ ਬੋਰਡ ਤੇ ਸੀਗੇ ਹੱਥਾਂ ਵਾਲੇ ਤੇ ਫਿਰ ਉਸ ਤੋਂ ਬਾਅਦ ਮਸ਼ੀਨ ਤੇ ਆ ਗਏ ਅਠਾਰਾਂ ਸਾਲ ਹੋ ਗਏ ਮਸ਼ੀਨ ਐਸੇ ਇੱਕ ਮਸ਼ੀਨ ਤੇ ਹੀ ਉਹ 150 ਫੁੱਟ ਤੇ ਕਿੰਨਾ ਮਿੰਟ ਲੱਗ ਜਾਂਦਾ ਘੰਟੇ ਢਾਈ ਤੋਂ ਤਿੰਨ ਘੰਟੇ ਫਿਰ ਬਾਅਦ ਫਿਟਿੰਗ ਲੈਦਾ ਉਹਦਾ ਟਾਈਮ 4-5 ਘੰਟੇ ਗੇਅਰ ਕਿਆ ਚੀਜ਼ ਦਾ ਵਾ ਪਾਈਪ ਆ ਰਿਹਾ ਨਾ ਉਹ ਨਾਲ ਪਾਣੀ ਚੱਕ ਕੇ ਨਾ ਤਾਂ ਪਾਣੀ ਦਿੰਦੀ ਹੈ ਪਾਣੀ ਸਿੱਟਦੀ ਹੈ ਸਾਰਾ ਅਤੇ ਉੱਧਰੋਂ ਪਾਣੀ ਜਿਹੜਾ ਬਣ ਕੇ ਰੇ ਆ ਦੇਖੋ ਜਿਹੜਾ ਗਾਰਾ ਸ਼ਾਰਾ ਵਰਮਾ ਉਹ ਕਰ ਰਿਹਾ ਹੋ ਰਿਹਾ ਥੱਲੇ ਜੋ ਕੁਛ ਉਹ ਸਾਰਾ ਇੱਧਰ ਨੂੰ ਆ ਰਿਹਾ 480 ਆ ਡੀਏ ਦਾ ਉਹਨਾਂ ਦੇ ਹਿਸਾਬ ਦੇ ਕਹਿੰਦੇ 1982 ਜਾਂ 83 ਮਾਡਲ ਆ ਜੀ ਇਹ ਕਾਫੀ ਪੁਰਾਣਾ ਮਾਡਲ ਆ ਲਾਸਟ ਤੁਸੀਂ ਦੇਖ ਹੀ ਲਏ ਹੁਣ ਇਹ ਦੇਖੋ ਰਿੰਗਰ ਤੋਂ ਕਨੇਟ ਰੱਖੀ ਹੋਈ ਆ ਆਹ ਦੇਖੋ ਜੀ ਆਹ ਮੁਕੰਮਲ ਇਹਨਾਂ ਦਾ ਗੇਅਰ ਆ ਜਿਹੜਾ ਉੱਤੇ ਪਾਇਪ ਅਪ ਡਾਊਨ ਕਰਨ ਦੇ ਦੋ ਆ ਦੋ ਗੇਅਰ ਆ ਨਾ ਪਰਲਾ ਵੀ ਗੇਅਰ ਹੀ ਆ ਪਰਲਾ ਵੀ ਗੇਅਰ ਹੀ ਆ ਤਾਰ ਵਾਲਾ ਆ ਦੋ ਗੇਅਰ ਜੀ ਅਪ ਡਾਊਨ ਵਾਲੇ ਸਿਸਟਮ ਮੁਕੰਮਲ ਕਰਨ ਵਾਲੇ ਜੀ ਇਹ ਚੱਲਦੇ ਪਏ ਆ ਦੇਖੋ ਜੀ ਥੱਲੇ ਦਾ ਵੀ ਨਜ਼ਾਰਾ ਬਾਕੀ ਮੈਂ ਇੱਥੋਂ ਲੱਗਦਾ ਪੈਪ ਲੀਕ ਸੀਗਾ ਹਲਕਾ ਜਿਹਾ ਇੱਥੇ ਹਲਕਾਰਾ ਜਿਹਾ ਲਾਇਆ ਇਹਨਾਂ ਨੇ ਆਹ ਦੇਖੋ ਜੀ ਇੱਕ ਤਾਂ ਜੀ 3 ਦੀ ਮੋਟਰ ਆਹ ਲੱਗੀ ਹੋਈ ਆ 3 ਹਾਰਸ ਪਾਵਰ ਦੀ 3 ਮੋਟਰਾਂ ਕਹਿੰਦੇ 3 ਹਾਰਸ ਪਾਵਰ ਦੀਆਂ ਜਿਹੜੇ ਡੈਨਪੋ ਚਲਾਉਂਦੀ ਹੈ ਆਹ ਜੀ ਹੁਣ 40 ਫੁੱਟ ਹੋ ਗਿਆ ਵਾ ਹੁਣ ਲੱਗੇ ਜੀ 5ਵਾਂ ਪੈਪ ਪਾਉਣ ਇੱਥੇ 50 ਫੁੱਟ ਦੀ ਤਿਆਰੀ ਕਰਨ ਲੱਗਿਆ ਰਾੜ ਲਾਇਆ ਥੱਲੇ ਤਾਂ ਕੇ ਦੇਖਣਾ ਜਾਵੇ ਉਹਦੇ ਬੰਦਾ ਪਾਣੀ ਆ ਅਤੇ ਪਾਣੀ ਖੁਸ਼ਕ ਨਹੀਂ ਹੋਣਾ ਚਾਹੀਦਾ ਕਿਉਂਕਿ ਬੋਰ ਹੈ ਹੀ ਪਾਣੀ 'ਤੇ ਅਗਰ ਪਾਣੀ ਖੁਸ਼ਕ ਹੋਇਆ ਹਲਕਾ ਜਿਹਾ ਯਾਨੀ ਕਿ ਪਾਣੀ ਨਾ ਬਿਲਕੁਲ ਹੋ ਗਿਆ ਖੁਸ਼ਕ ਹੋ ਗਿਆ ਅਤੇ ਬੋਰ ਗਿਆ ਇਹਦੀ ਮੇਨ ਚੀਜ਼ ਹੈ ਪਾਣੀ 'ਚ ਖੁਸ਼ਕ ਨਹੀਂ ਹੋਣ ਦੇਣਾ ਜੀ ਬਾਕੀ ਤੁਹਾਡੇ ਸਾਹਮਣੇ ਲੱਗੇ ਪਏ ਕਾਰੀਗਰ ਉਮੀਦ ਆ ਜੀ ਕਹਿੰਦੇ 2-2.5 ਘੰਟੇ ਕਰ ਦਾਂਗੇ ਬੋਰ ਉਸ ਤੋਂ ਬਾਅਦ 1.5 ਘੰਟੇ ਹੋਰ ਲੱਗੇਗੀ ਪਾਈਪ ਪਾ ਕੇ ਸਾਰਾ ਕੋਈ ਲੋਡਿੰਗ ਸ਼ੋਰਿੰਗ ਪਾ ਕੇ ਫਿੱਟ ਕਰਕੇ ਬੋਰ ਚਲਾ ਜਾਵਾਂਗੇ ਇਨਸ਼ਾਅੱਲਾ ਸਾਡੇ ਜੁਗਾੜ ਚੈੱਕ ਕਰੋ ਜੀ ਰੱਸੀ ਲੈ ਕੇ ਨਾਲ ਚਾਪੀ ਬੰਨੀ ਹੋਈ ਹੈ ਫਿਰ ਕਿਤੇ ਥੱਲੇ ਡੇਕ ਹੋਏ ਖਾ ਲਏ ਟੈਨਸ਼ਨ ਨਾ ਰੱਸੀ ਦੇ ਨਾਲ ਲੈ ਕੇ ਚਾਪੀ ਬੰਨੀ ਕਾਬਲੇ ਇੱਥੇ ਅਤੇ ਆਪਦੇ ਇੰਨੇ ਬੰਨਣ ਵਾਸਤੇ ਦੋਨਾਂ ਪਾਸੇ ਕਾਬਲੇ ਆਹ ਕੱਟ ਲਈ ਹੁਣ ਦੇਖੋ ਇਸ ਟਾਈਮ ਜੀ ਦੂਸਰਾ ਪਰਲਾ ਗੇਅਰ ਚੱਲਣ ਡਿਆ ਵਾ ਥੱਲੇ ਨੂੰ ਪੈਪ ਲਿਆਉਣ ਵਾਸਤੇ ਸੋ
बोर तो हो गया मुकम्मल, 150 फुट करना सीगा, कर लिया मुकम्मल, मोली तक चढ़ गया। अच्छा फिर तार निकल गई हो बाहर और रखी। हाँ जी पैप कढ़न का जी अमल जारी होने लगा बाहर न। देखो चलो जी ऑपरेटर तू मशीन दी चला। डेढ़ सौ फुट मुकम्मल हो गया सीगा, हम इन्होंने पैप कटने सारे बाहर, उस तो बाद दूसरा काम करेंगे। दोस्तों उम्मीद करता है कि साडा अज का ब्लॉग तुम्हें अच्छा लगा होगा। इदा का और मजीद ब्लॉग देखने लिए साड़ी वीडियो देखने लिए साडे चैनल पिन पंजाब में सबसक्राइब कर लो, नाले जिहड़ा साडा फेसबुक से भी पेज हैगा उहदा तुहानू असीं लिंक दे देंगे, उहदे ते तुसीं जाके साडी वीडियो देख सकते हो। अगली वीडियो तक सानू दिओ इजाजत, ओके अल्लाह हाफिज़।